ਬਹੁਤ ਲੋ ਸਟੈਂਡਰਡ ਸੀ ਸਰਦਾਰ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜੋ ਕਿ ਸਾਡੀ ਪਾਰਟੀ ਦੀ ਸਰਕਾਰ ਸੀ, ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਸੀ ਉਹ ਬਹੁਤ ਝੱਲੀ ਸੀ, ਕਿਉਂਕਿ 4-4.5 ਸਾਲ ਤੋਂ ਉਹ ਆਪਣੇ ਫਾਰਮ 'ਚੋਂ ਬਾਹਰ ਹੀ ਨਹੀਂ ਨਿਕਲੇ, ਅਤੇ ਇਸੇ ਕਰਕੇ ਕਾਂਗਰਸ ਪਾਰਟੀ ਦਾ ਇਹ ਹਾਲ ਹੋਇਆ ਹੈਗਾ। ਅਤੇ ਸੈਂਟਰ ਗੌਰਮੈਂਟ ਜਿਹੜੀ ਸੈਂਟਰ ਦੀ ਸਾਡੀ ਕਾਂਗਰਸ ਦੀ ਹੈਗੀ ਆ ਲੀਡਰਸ਼ਿਪ, ਉਹਨੂੰ ਵੀ ਅੱਜ ਦੀ ਜਿਹੜੀ ਹੈਗੀ ਆ ਲੀਡਰਸ਼ਿਪ ਉਹਨੂੰ ਚੇਂਜ ਕਰਨਾ ਨਹੀਂ ਚਾਹੁੰਦੀ, ਇਸ ਕਰਕੇ ਕਾਂਗਰਸ ਕਾਫੀ ਸਫ਼ਰ ਕਰ ਰਹੀ ਆ। ਫੋਰਚੂਨੇਟਲੀ ਕੀ ਆ ਕਿ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਜਿਹੜੀ ਆਪਣੇ ਪੋਲੀਟਿਕਸ ਆ ਉਹਦਾ ਸਟੈਂਡਰਡ ਬਹੁਤ ਲੋਅ ਹੋ ਚੁੱਕਾ, ਲੋਕ ਮੁੱਦਿਆਂ ਦੀ ਕੋਈ ਗੱਲ ਨਹੀਂ, ਈਵਨ ਤੁਸੀਂ ਪਾਰਟੀਆਂ ਦਾ ਛੱਡੋ ਲੋਕ ਵੀ ਇਹੋ ਜਿਹਾ ਨਹੀਂ ਬਣਾ ਦਿੱਤੇ ਹੈਗੇ ਵੀ ਲੋਕ ਵੀ ਇਹੋ ਕਹਿੰਦੇ ਵੀ ਸਾਨੂੰ ਕੀ ਮਿਲੂਗਾ। ਲੌਂਗ ਟਰਮ ਪੋਲਿਸੀ ਜਿਹੜੀਆਂ ਹੁਣ ਡਿਬੇਟਸ ਜਿਹੜੀਆਂ ਇਹਨਾਂ ਦੀਆਂ ਪਾਰਲੀਮੈਂਟ ਦੇ ਵਿੱਚ ਜਾਂ ਲੈਜਿਸਲੇਚਰ ਦੇ ਵਿੱਚ ਇਹਨਾਂ ਦੀਆਂ ਡਿਬੇਟਸ ਹੁੰਦੀਆਂ, ਉਹਨਾਂ ਦਾ ਕੋਈ ਸਟੈਂਡਰਡ ਨਹੀਂ ਹੁੰਦਾ, ਕੋਈ ਮੁਲਕ ਬਾਰੇ ਸੋਚਿਆ ਨਹੀਂ ਜਾਂਦਾ, ਸਿਰਫ ਪਰਸਨਲ ਗੱਲਾਂ ਹੁੰਦੀਆਂ ਵੀ ਕਿਸੇ ਨੇ ਵਿਆਹ ਕਿੰਨਾ ਕਰਾਇਆ। ਹੈਵਿੰਗ ਸੈਡ ਦੈਟ, ਕੋਈ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਉਹਨਾਂ ਚਿਰ ਕਾਮਯਾਬ ਨਹੀਂ ਹੋ ਸਕਦੀ ਜਿੰਨਾ ਚਿਰ ਸੈਂਟਰ ਗੌਰਮੈਂਟ ਉਹਦਾ ਸਾਥ ਨਹੀਂ ਦਿੰਦੀ। ਮੈਂ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਆਪਣੇ ਵੱਲੋਂ ਸੈਂਟਰ ਲੀਡਰਸ਼ਿਪ ਨੂੰ ਲਿਖ ਚੁੱਕਾ ਕਿ ਜਿਹਨਾਂ 'ਚ ਤੁਸੀਂ ਆਪਣੀ ਲੀਡਰਸ਼ਿਪ ਚੇਂਜ ਨਹੀਂ ਕਰਦੇ ਉਹਨਾਂ 'ਚ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਰਾਹੁਲ ਗਾਂਧੀ ਨਹੀਂ ਚਾਹੀਦੇ? ਬਿਲਕੁਲ ਨਹੀਂ। ਹਾਂਜੀ ਦੋਸਤੋ, ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ, ਇਸ ਵੇਲੇ ਬੈਠੇ ਹੋਏ ਹਾਂ ਇੰਗਲੈਂਡ ਦੇ ਸ਼ਹਿਰ ਬਰਮਿੰਗਮ ਦੇ ਵਿੱਚ, ਅਤੇ ਗੱਲ ਚੱਲ ਰਹੀ ਹੈ ਪੰਜਾਬ ਦੀ ਸਿਆਸਤ ਦੀ। ਇਸ ਵੇਲੇ ਆਮ ਆਦਮੀ ਪਾਰਟੀ ਸਰਗਰਮ ਹੈ, ਜੇ ਆਪਾਂ ਗੱਲ ਕਰੀਏ ਉਹਨਾਂ ਦੇ ਕਾਰਜਕਾਲ ਦੀ, 2 ਸਾਲ ਦੇ ਵਿੱਚ ਬਹੁਤ ਸਾਰੇ ਉਥਲ ਪੁਥਲ, ਬਹੁਤ ਸਾਰੀਆਂ ਤਬਦੀਲੀਆਂ ਆਈਆਂ ਨੇ। ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਕੁਛ ਵੀ ਨਹੀਂ ਕੀਤਾ ਇਸ ਪਾਰਟੀ ਨੇ ਜਦੋਂ ਦੀ ਇਹ ਸੱਤਾ ਦੇ ਵਿੱਚ ਆਈ ਹੈ, ਪਰ ਜਦੋਂ ਆਪਾਂ ਗੱਲ ਕਰਦੇ ਆਮ ਆਦਮੀ ਪਾਰਟੀ ਦੇ ਜਿਹੜੇ ਨੇੜੇ ਦੇ ਲੋਕ ਨੇ ਜਾਂ ਆਪਾਂ ਕਹਿ ਲਈਏ ਉਹ ਪਾਰਟੀ ਨੂੰ ਬਿਲੋਂਗ ਕਰਨ ਵਾਲੇ ਲੋਕ ਹੈ, ਤਾਂ ਉਹ ਕਹਿੰਦੇ ਨੇ ਕਿ ਲਗਭਗ ਜਿਹੜਾ ਆਪਾਂ ਕਹੀਏ 100% ਕੰਮ ਜਿਹੜੇ ਭਗਵੰਤ ਮਾਨ ਨੇ ਕਹੇ ਸੀ ਆਉਣ ਤੋਂ ਪਹਿਲਾਂ ਉਹ ਕਰ ਦਿੱਤੇ ਹੋਏ ਆ। ਸੋ ਆਪਣੀ ਆਪਣੀ ਰਾਏ ਆ, ਚੱਲਦੀ ਰਹਿੰਦੀ ਹੈ। ਅਤੇ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਮੌਲਕਜੀਤ ਸਿੰਘ ਜੀ ਢਿੱਲੋਂ, ਜੋ ਕਿ ਓਵਰਸੀਜ਼ ਕਾਂਗਰਸ ਦੇ ਜਨਰਲ ਸੈਕਟਰੀ ਨੇ, ਯੂਕੇ ਅਤੇ ਯੂਕੇ ਦੇ ਵਿੱਚ ਕਾਂਗਰਸ ਪਾਰਟੀ ਨੂੰ ਜਿਹੜਾ ਹੈ ਉਹ ਜਿਹੜਾ ਆਪਾਂ ਕਹੀਏ ਵੀ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਨੇ, ਪ੍ਰਚਾਰ ਕਰਦੇ ਨੇ, ਐਕਟੀਵਿਟੀਜ਼ ਜਿਹੜੀਆਂ ਪਾਰਟੀ ਦੀਆਂ ਹੁੰਦੀਆਂ ਉਹਨੂੰ ਸਾਂਭਦੇ ਨੇ। ਆਪਾਂ ਉਹਨਾਂ ਦਾ ਪੱਖ ਵੀ ਅੱਜ ਜਾਣਾਂਗੇ ਪੰਜਾਬ ਦੀ ਸਿਆਸਤ ਦੇ ਬਾਰੇ, ਉਹ ਕੀ ਕਹਿੰਦੇ ਨੇ। ਖੈਰ ਕਾਂਗਰਸ ਦੀ ਸਰਕਾਰ ਤਾਂ ਨਹੀਂ ਹੈ ਇਸ ਵੇਲੇ, ਪਰ ਫਿਰ ਵੀ ਆਪਾਂ ਇਹ ਦੇਖਾਂਗੇ ਵੀ ਕਿਸ ਤਰੀਕੇ ਦੇ ਨਾਲ, ਕਿਸ ਨਜ਼ਰੀਏ ਨਾਲ ਦੇਖਦੇ ਨੇ ਅੱਜ ਦੇ ਕਾਰਜਕਾਲ ਨੂੰ, ਅਤੇ ਉਹਨਾਂ ਦਾ ਕੰਪੇਅਰ ਆਪਾਂ ਕਰਾਂਗੇ ਉਸ ਟਾਈਮ ਦੇ ਨਾਲ। ਸੋ ਵੈਲਕਮ ਕਰਦੇ ਹਾਂ ਸਭ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਥੈਂਕ ਯੂ ਤੁਹਾਡਾ ਮੈਨੂੰ ਇੰਟਰਵਿਊ ਕਰਨ ਲਈ ਸਮਾਂ ਦੇਣ ਲਈ। ਦੱਸੋ ਜੀ ਆਪਾਂ ਚੱਲਦੇ ਹਾਂ, ਦੱਸੋ ਕੀ ਸਵਾਲ। ਅੱਜ ਕਾਂਗਰਸ ਸੱਤਾ ਦੇ ਵਿੱਚ ਨਹੀਂ ਹੈ, ਆਮ ਆਦਮੀ ਪਾਰਟੀ ਹੈ ਜੋ ਮੈਨੂੰ ਲੱਗਦਾ ਪਹਿਲੀ ਵਾਰੀ ਸੱਤਾ ਦੇ ਵਿੱਚ ਆਈ ਹੈ, ਕਿਉਂਕਿ ਪਾਰਟੀ ਹੋਈ ਨਵੀਂ ਹੈ। ਕਿਵੇਂ ਦੇਖਦੇ ਹੋ ਇਹ 2 ਸਾਲ ਦੀ ਕਾਰਗੁਜ਼ਾਰੀ ਨੂੰ? ਦੇਖੋ ਜੀ, ਜੇ ਤਾਂ ਤੁਸੀਂ ਕੰਪੇਅਰ ਕਰੋ ਪਿਛਲੇ 5 ਸਾਲ ਨਾਲ ਜਾਂ ਪਿਛਲੇ 15 ਸਾਲ ਨਾਲ, ਉਹਨਾਂ ਦੇ ਮੁਕਾਬਲੇ ਕਾਫੀ ਚੰਗਾ ਕੰਮ ਕਰ ਰਹੇ ਆ। ਅੱਛਾ, ਇਹ ਪਾਰਟੀ ਪੱਧਰ ਤੋਂ ਉੱਠ ਕੇ ਜਿਹੜੀ ਗੱਲ ਆ ਸਟੈਂਡਰਡ ਦੀ, ਆਪਣਾ ਵੈਸਟਰਨ ਮੁਲਕ ਦੇ ਵਿੱਚ ਬੈਠੇ ਹਾਂ, ਅਤੇ ਇਸ ਕਰਕੇ ਆਪਾਂ ਨੂੰ ਠੀਕ ਠੀਕ ਗੱਲ ਹੀ ਕਰਨੀ ਚਾਹੀਦੀ ਆ, ਕਿਉਂਕਿ ਕੰਪੇਅਰ ਕਰਨੇ ਨੂੰ ਬਹੁਤ ਲੋਅ ਸਟੈਂਡਰਡ ਸੀ ਸਰਦਾਰ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜੋ ਕਿ ਸਾਡੀ ਪਾਰਟੀ ਦੀ ਸਰਕਾਰ ਸੀ, ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਸੀ ਉਹ ਬਹੁਤ ਝੱਲੀ ਸੀ, ਕਿਉਂਕਿ 4-4.5 ਸਾਲ ਤੋਂ ਉਹ ਆਪਣੇ ਫਾਰਮ 'ਚੋਂ ਬਾਹਰ ਹੀ ਨਹੀਂ ਨਿਕਲੇ, ਅਤੇ ਇਸੇ ਕਰਕੇ ਕਾਂਗਰਸ ਪਾਰਟੀ ਦਾ ਇਹ ਹਾਲ ਹੋਇਆ ਹੈਗਾ। ਅਤੇ ਸੈਂਟਰ ਗੌਰਮੈਂਟ ਜਿਹੜੀ ਸੈਂਟਰ ਦੀ ਸਾਡੀ ਕਾਂਗਰਸ ਦੀ ਹੈਗੀ ਆ ਲੀਡਰਸ਼ਿਪ,
ਉਹਨੂੰ ਵੀ ਅੱਜ ਦੀ ਜਿਹੜੀ ਹੈਗੀ ਆ ਲੀਡਰਸ਼ਿਪ ਉਹਨੂੰ ਚੇਂਜ ਕਰਨਾ ਨਹੀਂ ਚਾਹੁੰਦੀ, ਇਸ ਕਰਕੇ ਕਾਂਗਰਸ ਕਾਫੀ ਸਫ਼ਰ ਕਰ ਰਹੀ ਆ। ਕਾਂਗਰਸ ਪਾਰਟੀ ਜਿਹੜੀ ਆ ਬੜੀ ਇੰਪੋਰਟੈਂਟ ਪਾਰਟੀ ਆ, ਸੈਕੂਲਰ ਪਾਰਟੀ ਆ, ਇਹ ਕਾਮਯਾਬ ਹੋਣੀ ਚਾਹੀਦੀ ਆ, ਲੇਕਿਨ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਇਹਨਾਂ ਦੀ ਲੀਡਰਸ਼ਿਪ ਦੀ ਕਮੀ ਹੋਣ ਕਰਕੇ ਕਾਂਗਰਸ ਸਰਕਾਰ ਪਿੱਛੇ ਜਾ ਰਹੀ ਹੈ। ਇਸੇ ਕਰਕੇ ਇਹ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਕੋਈ ਖਾਸ ਇੱਥੇ ਪੰਜਾਬ 'ਚ ਕੰਮ ਨਹੀਂ ਕੀਤਾ, ਇਸ ਕਰਕੇ ਪਿੱਛੇ ਗਏ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ। ਅਤੇ ਆਮ ਆਦਮੀ ਪਾਰਟੀ ਜਦੋਂ ਦੀ ਆਈ ਆ ਉਹ ਕੰਪੈਰੇਟਿਵਲੀ ਉਹਨਾਂ ਨਾਲੋਂ ਠੀਕ ਕੰਮ ਕਰ ਰਹੀ ਆ, ਅਤੇ ਦੇਖੋ ਅੱਗੇ ਦੇਖੇ ਚੱਲ ਕੇ ਕੀ ਕਰਦੇ ਹੁੰਦਾ। ਮੈਨੂੰ ਲੱਗਦਾ ਵੀ ਪਹਿਲੇ ਵਿਰੋਧੀ ਧਿਰ ਦੇ ਨੇਤਾ ਕੋਲੋਂ ਇਹ ਗੱਲ ਸੁਣ ਰਿਹਾ, ਕਿਉਂਕਿ ਆਮ ਤਾਂ ਇਹੀ ਹੁੰਦਾ ਵੀ ਭਾਈ ਦੂਜਿਆਂ ਦੇ ਉੱਤੇ ਐਲੀਗੇਸ਼ਨ ਲਾਉਣੇ ਨੇ ਵੀ ਉਹ ਸਹੀ ਕਰਨ ਗਲਤ ਕਰਨ, ਜਿਹੜੇ ਉਹਨਾਂ 'ਤੇ ਨੈਗੇਟਿਵ ਪੁਆਇੰਟ ਕੱਢ ਕੇ ਲਿਆਉਣੇ ਆ। ਪਰ ਮੈਨੂੰ ਲੱਗਦਾ ਪਹਿਲੇ ਤੁਸੀਂ ਐਸੇ ਸ਼ਖਸ ਹੋ ਜਿਹਨਾਂ ਨਾਲ ਗੱਲ ਕਰ ਰਹੇ ਹੋ, ਕਹਿੰਦੇ ਵਧੀਆ ਕੰਮ ਕਰ ਰਹੀ ਹੈ ਪਾਰਟੀ। ਦੇਖੋ ਇਹ ਗੱਲ ਹੈ ਵੀ ਮੈਂ ਅੱਗੇ ਵੀ ਕਈ ਵਾਰੀ ਡਿਬੇਟਸ ਦੇ ਵਿੱਚ ਗਿਆ ਅਤੇ ਮੈਂ ਇਹ ਕਹਿੰਦਾ ਹੁੰਦਾ ਕਿ ਸਾਡਾ ਜਿਹੜਾ ਪੋਲੀਟਿਕਸ ਦਾ ਸਟੈਂਡਰਡ ਆ ਉਹ ਸਟੈਂਡਰਡ ਨਹੀਂ ਹੋਣਾ ਚਾਹੀਦਾ ਜਿਹੜਾ ਕਿ ਹਿੰਦੁਸਤਾਨ ਦਾ ਸਟੈਂਡਰਡ ਹੈ ਜਾਂ ਪੰਜਾਬ ਦਾ ਸਟੈਂਡਰਡ ਆ। ਅਸੀਂ ਸੱਭਿਆ ਮੁਲਕਾਂ ਦੇ ਵਿੱਚ ਰਹਿ ਰਹੇ ਹਾਂ, ਅਸੀਂ ਇੱਥੋਂ ਇਸੇ ਕਰਕੇ ਅਸੀਂ ਰਹਿ ਰਹੇ ਹਾਂ ਕਿਉਂਕਿ ਮੁਲਕ ਸੱਭਿਆ ਆ ਅਤੇ ਆਪਣੇ ਇਹਨਾਂ ਦਾ ਜਿਹੜਾ ਸਟੈਂਡਰਡ ਹੈਗਾ ਡਿਬੇਟ ਕਰਨੇ ਦਾ ਜਾਂ ਪੋਲੀਟਿਕਸ ਦਾ ਸਟੈਂਡਰਡ ਜਿਹੜਾ ਹਾਈ ਹੈਗਾ, ਇਸੇ ਕਰਕੇ ਉਸ ਸਟੈਂਡਰਡ ਦਾ ਗੱਲ ਕਰਨੀ ਚਾਹੀਦੀ ਆ। ਜੇ ਮਤਲਬ ਛੋਟੀਆਂ ਛੋਟੀਆਂ ਗੱਲਾਂ ਕਰਕੇ ਕਿ ਆਹ ਨਹੀਂ ਕਰਦਾ ਆਹ ਨਹੀਂ ਕਰਦਾ, ਅਨਫੋਰਚੁਨੇਟਲੀ ਕੀ ਆ ਕਿ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਜਿਹੜੀ ਆਪਣੀ ਪੋਲੀਟਿਕਸ ਆ ਉਹਦਾ ਸਟੈਂਡਰਡ ਬਹੁਤ ਲੋਅ ਹੋ ਚੁੱਕਾ। ਲੋਕ ਮੁੱਦਿਆਂ ਦੀ ਕੋਈ ਗੱਲ ਨਹੀਂ, ਈਵਨ ਤੁਸੀਂ ਪਾਰਟੀਆਂ ਦਾ ਛੱਡੋ ਲੋਕ ਵੀ ਇਹੋ ਜਿਹਾ ਨਹੀਂ ਬਣਾ ਦਿੱਤੇ ਹੈਗੇ ਆ ਵੀ ਲੋਕ ਵੀ ਇਹੋ ਕਹਿੰਦੇ ਵੀ ਸਾਨੂੰ ਕੀ ਮਿਲੂਗਾ। ਲੌਂਗ ਟਰਮ ਪੋਲਿਸੀ ਜਿਹੜੀਆਂ ਹੁਣ ਉਹ ਡਿਬੇਟਸ ਜਿਹੜੀਆਂ ਇਹਨਾਂ ਦੀਆਂ ਪਾਰਲੀਮੈਂਟ ਦੇ ਵਿੱਚ ਜਾਂ ਲੈਜਿਸਲੇਚਰ ਦੇ ਵਿੱਚ ਇਹਨਾਂ ਦੀਆਂ ਡਿਬੇਟਸ ਹੁੰਦੀਆਂ, ਉਹਨਾਂ ਦਾ ਕੋਈ ਸਟੈਂਡਰਡ ਨਹੀਂ ਹੁੰਦਾ, ਕੋਈ ਮੁਲਕ ਬਾਰੇ ਸੋਚਿਆ ਨਹੀਂ ਜਾਂਦਾ, ਸਿਰਫ ਪਰਸਨਲ ਗੱਲਾਂ ਹੁੰਦੀਆਂ ਵੀ ਕਿਸੇ ਨੇ ਵਿਆਹ ਕਿੰਨਾ ਕਰਾਇਆ ਅਤੇ ਫਲਾਨਾ ਫਲਾਨੇ ਨੂੰ ਉੱਥੋਂ ਨੌਕਰੀ ਤੋਂ ਕਢਾ ਦਿੱਤਾ ਜੀ, ਉੱਥੋਂ ਸਸਪੈਂਡ ਕਰਾ ਦਿੱਤਾ ਜੀ, ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹੈਗੀਆਂ। ਅਤੇ ਲੇਕਿਨ ਹੈਵਿੰਗ ਸੈਡ ਦੈਟ ਕੋਈ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਉਨ੍ਹਾਂ ਚਿਰ ਕਾਮਯਾਬ ਨਹੀਂ ਹੋ ਸਕਦੀ ਜਿੰਨਾ ਚਿਰ ਸੈਂਟਰ ਗੌਰਮੈਂਟ ਉਹਦਾ ਸਾਥ ਨਹੀਂ ਦਿੰਦੀ। ਅੱਛਾ ਜੀ। ਅਤੇ ਸੈਂਟਰ ਗੌਰਮੈਂਟ ਜਿਹੜੀ ਹੈਗੀ ਉਹ ਬੀਜੇਪੀ ਦੀ ਸਰਕਾਰ ਹੈਗੀ ਆ, ਜੇ ਤਾਂ ਬੀਜੇਪੀ ਦੀ ਸਰਕਾਰ ਹੁਣ ਫਰਜ਼ ਕਰੋ ਤੁਸੀਂ ਕੋਈ ਲਾਅ ਐਂਡ ਆਰਡਰ ਦਾ ਹੀ ਮੁੱਦਾ ਉਠਾਉਂਦੇ ਹੋ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਇਕੱਲੀ ਜਿਹੜੀ ਪੰਜਾਬ ਪੁਲਿਸ ਆ ਉਹ ਇਕੱਲਾ ਨਹੀਂ ਕਰ ਸਕਦੀ, ਕਿਉਂਕਿ ਜਿਹੜੀਆਂ ਸੈਂਟਰ ਦੇ ਅੰਡਰ ਉਹਦੀਆਂ ਇੰਟੈਲੀਜੈਂਸ ਏਜੰਸੀਜ਼ ਹੈਗੀਆਂ ਉਹ ਸਾਰੀਆਂ ਸੈਂਟਰ ਗੌਰਮੈਂਟ ਦੇ ਅੰਡਰ ਆ, ਜਿੰਨਾ ਚਿਰ ਉਹ ਮਤਲਬ ਆਪਣਾ ਸਾਥ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਨਹੀਂ ਦਿੰਦੀਆਂ ਉਨ੍ਹਾਂ ਚਿਰ ਉਹ ਜਿਹੜਾ ਉਹ ਗੱਲ ਬਣਦੀ ਨਹੀਂ, ਉਹ ਮਤਲਬ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਹੀਂ ਹੋ ਸਕਦੀ। ਇਸੇ ਤਰ੍ਹਾਂ ਨਸ਼ਿਆਂ ਦਾ ਮੁੱਦਾ ਜਿਹੜਾ ਹੈਗਾ ਆ, ਨਸ਼ਿਆਂ ਦਾ ਮੁੱਦਾ ਵੀ ਉਹ ਮਤਲਬ ਇੰਟਰਨੈਸ਼ਨਲ ਲੈਵਲ 'ਤੇ ਹੈਗਾ। ਹੁਣ ਈਵਨ ਤੁਸੀਂ ਪੰਜਾਬ ਤੋਂ ਬਾਹਰ ਹਰਿਆਣੇ ਦੀ ਕੱਲ੍ਹ ਹੀ ਖਬਰ ਮੈਂ ਪੜ੍ਹਦਾ ਸੀ, ਹਰਿਆਣੇ ਦੇ ਵਿੱਚ ਕਾਫੀ ਨਸ਼ਾ ਹੈਗਾ ਅਤੇ ਉਹ ਵੀ ਉਹਦੇ ਸੈਂਟਰ ਗੌਰਮੈਂਟ ਦਾ ਨਾਲ ਆ ਜਾਂਦਾ ਹੈਗਾ ਆ ਕਿ ਉਹਨਾਂ ਦਾ ਫਰਜ਼ ਬਣਦਾ ਕਿ ਸਾਥ ਦੇਣ। ਅਨਫੋਰਚੁਨੇਟਲੀ ਗੱਲ ਕੀ ਹੋਈ ਹੈ ਕਿ ਜਿਹੜੀ ਚੀਪ ਪੋਲੀਟਿਕਸ ਹੈਗੀ ਆ, ਜਿਹੜੇ ਸਾਡੇ ਪੋਲੀਟੀਸ਼ੀਅਨ ਆ ਉਹ ਇਹੋ ਹੀ ਸੋਚਦੇ ਆ ਕਿ ਅਸੀਂ ਸੱਤਾ ਕਿਸ ਤਰ੍ਹਾਂ ਹਾਸਲ ਕਰਨੀ ਆ, ਲੋਕਾਂ ਦੇ ਜਿਹੜਾ ਜਾਂ ਲੋਕਾਂ ਦੀ ਤਰੱਕੀ ਕਿਸ ਤਰ੍ਹਾਂ ਕਰਨੀ ਆ, ਲੋਕਾਂ ਨੂੰ ਮੋਟੀਵੇਟ ਕਿਸ ਤਰ੍ਹਾਂ ਕਰਨਾ, ਲੋਕਾਂ ਨੂੰ ਐਜੂਕੇਸ਼ਨ ਕਿਸ ਤਰ੍ਹਾਂ ਦੇਣੀ ਆ, ਉਸ ਇਹਨਾਂ ਗੱਲਾਂ ਵਾਸਤੇ ਇਹਨਾਂ ਕੋਲ ਬਹੁਤਾ ਟਾਈਮ ਨਹੀਂ ਹੈਗਾ। ਦੈਟਸ ਆ ਅਨਫੋਰਚੁਨੇਟ ਸਟੋਰੀ। ਜੇ ਹੁਣ ਆਪਾਂ ਗੱਲ ਕਰੀਏ, ਤੁਸੀਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੇਲੇ ਉਹ 4.5 ਸਾਲ ਸਹੀ ਨਹੀਂ ਰਹੇ, 6 ਮਹੀਨੇ ਦਾ ਸਮਾਂ ਆਇਆ ਸੀ ਚਰਨਜੀਤ ਚੰਨੀ ਹੋਰਾਂ ਦਾ, ਉਸ ਸਮੇਂ ਨੂੰ ਕਿਵੇਂ ਦੇਖਦੇ ਹੋ? ਚਰਨਜੀਤ ਸਿੰਘ ਚੰਨੀ ਨੂੰ ਜਦੋਂ ਆਏ ਆ ਤਾਂ ਉਹਦੇ ਕੋਲ ਬੜੀਆਂ ਆਸਾਂ ਸੀਗੀਆਂ ਅਤੇ ਉੱਥੇ ਗੱਲ ਮੁੜ ਕੇ ਫਿਰ ਇਹ ਆ ਜਾਂਦੀ ਹੈਗੀ ਹੈ ਕਿ ਸਾਡੇ ਮੁਲਕ ਦੇ ਵਿੱਚ ਪ੍ਰੋਬਲਮ ਇਹ ਹੈਗੀ ਹੈ ਕਿ ਬੜੀ ਕਈ ਵਾਰੀ
ਬੜੀ ਜ਼ੋਰ ਸ਼ੋਰ ਦੇ ਨਾਲ ਕੇਸ ਨਿਕਲਦੇ ਆ। ਹੁਣ ਚਰਨਜੀਤ ਚੰਨੀ ਦੇ ਉੱਤੇ ਵੀ ਤੁਸੀਂ ਗੱਲ ਕੀਤੀ ਤੇ ਮੈਨੂੰ ਯਾਦ ਆਇਆ ਕਿ ਉਹ ਜੇ ਉਹਦੇ ਭਾਣਜਾ ਸੀ ਜਾਂ ਉਹਦਾ ਸ਼ਾਇਦ ਭਤੀਜਾ ਸੀ, ਉਹ 9-10 ਕਰੋੜ ਰੁਪਈਆ ਨਿਕਲਿਆ। 9-10 ਕਰੋੜ ਰੁਪਈਆ ਕੈਸ਼ ਕੋਈ ਛੋਟੀ ਜਿਹੀ ਰਕਮ ਨਹੀਂ ਹੁੰਦੀ, ਤੇ ਉਹਦਾ ਕੇਸ ਬਣਦੇ ਨੂੰ ਮਤਲਬ 2 ਸਾਲ ਹੋ ਗਿਆ ਤੇ ਉਹਦਾ ਕੋਈ ਕੁਛ ਨਹੀਂ ਕੀਤਾ। ਜੇ ਤਾਂ ਉਹਦੇ ਕੋਈ ਐਕਸਪਲੇਨੇਸ਼ਨ ਕੋਈ ਹੈਗੀ ਆ ਉਹਦੇ ਭਾਣਜੇ ਕੋਲ ਜਾਂ ਚੰਨੀ ਸਾਹਿਬ ਕੋਲ, ਕਿ ਇਹ ਪੈਸੇ ਸਾਡੇ ਜੈਨੂਨ ਸੀਗੇ, ਤਾਂ ਉਹਦਾ ਉਹਦੀ ਰਫਾ ਦਫੀ ਹੁਣ ਜਿਹੜੀ ਮੁੱਕਣਾ ਚਾਹੀਦਾ। ਤੇ ਕਦੀ ED ਵਾਲੇ ਵੀ, ਹੁਣ ਸੈਂਟਰਲ ਗੌਰਮੈਂਟ ਦੀਆਂ ਏਜੰਸੀਆਂ ਹੈ ਨਾ, ਪੰਜਾਬ ਗੌਰਮੈਂਟ ਦੇ ਅੰਡਰ ਤਾਂ ਹੈ ਨਹੀਂ ਗਏ, ਉਹਨਾਂ ਨੇ ਵੀ ਉਹਨੂੰ ਇੰਟਰਵਿਊ ਜ਼ਰੂਰ ਕੀਤਾ, ਚਰਨਜੀਤ ਚੰਨੀ ਨੂੰ ਵੀ ਇੰਟਰਵਿਊ ਕੀਤਾ, ਲੇਕਿਨ ਤਾਂ ਕੁਛ ਨਹੀਂ ਹੋ ਰਿਹਾ। ਅਨਫਾਰਚੁਨੇਟਲੀ ਪ੍ਰੋਬਲਮ ਇਹ ਹੋਈ, ਹੁਣ ਬਿਕਰਮਜੀਤ ਸਿੰਘ ਮਜੀਠੀਆ ਦੀ ਜਿਹੜੀ ਪ੍ਰੋਬਲਮ ਹੈਗੀ ਆ, ਇਹਦੀ ਪ੍ਰੋਬਲਮ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦੀ ਸ਼ੁਰੂ ਹੋਈ ਆ। ਜੇ ਤਾਂ ਉਹ ਮਤਲਬ ਕਸੂਰਵਾਰ ਆ ਤਾਂ ਉਹਨੂੰ ਹੁਣ ਤਾਈਂ ਉਹਦਾ ਫੈਸਲਾ ਹੋ ਕੇ ਉਹਨੂੰ ਸਜ਼ਾ ਹੋ ਜਾਣੀ ਚਾਹੀਦੀ ਸੀ, ਜੇ ਨਹੀਂ ਕਸੂਰਵਾਰ ਤਾਂ ਉਹਦਾ ਮਤਲਬ ਕੰਟਰੋਵਰਸੀ ਖਤਮ ਹੋਣੀ ਚਾਹੀਦੀ ਸੀ। ਇਸੇ ਤਰ੍ਹਾਂ ਹੀ ਆਪਣੇ ਖਹਿਰਾ ਸਾਹਿਬ ਦੀ 2015 ਦਾ ਕੇਸ ਆ, ਉਹਦਾ ਕੋਈ ਫੈਸਲਾ ਨਹੀਂ ਹੋਇਆ। ਇਹ ਲੱਗਦਾ ਤੁਹਾਨੂੰ ਰਾਜਨੀਤੀ ਤੋਂ ਪ੍ਰੇਰਿਤ ਆ ਉਹਨਾਂ ਨੂੰ ਹੁਣ 16 ਦੇ ਕੇਸ ਦੇ ਵਿੱਚ? ਨਹੀਂ, ਇਹ ਕੋਈ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੈਗੀਆਂ ਗੱਲਾਂ ਰਾਜਨੀਤੀ, ਕਿਉਂਕਿ ਇਹ ਇੱਕ ਆਪਣੇ ਪੋਲੀਟੀਸ਼ੀਅਨਾਂ ਨੇ ਜਿਹੜਾ ਹੈਗਾ ਇਹ ਐਕਸਕਿਊਜ਼ ਬਣਾਇਆ ਆ ਕਿ ਸਾਨੂੰ ਅਸੀਂ ਜੋ ਮਰਜ਼ੀ ਕਰੀਏ ਸਾਨੂੰ ਕੋਈ ਫੜੇ ਨਾ, ਜਿਸ ਵੇਲੇ ਫੜੇ ਤਾਂ ਰੌਲਾ ਪਾ ਦੇ, ਰਾਜਨੀਤੀ ਤੋਂ ਪ੍ਰੇਰਿਤ ਆ। 2015 ਦੇ ਵਿੱਚ ਜਦੋਂ ਕੇਸ ਹੋਇਆ ਸੀਗਾ ਤਾਂ ਉਦੋਂ ਮੇਰਾ ਖਿਆਲ ਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਗੌਰਮੈਂਟ ਸੀ ਸ਼ਾਇਦ, ਅਤੇ ਫਿਰ ਇਹਨੂੰ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਫਿਰ ਇਹਦੇ 'ਤੇ ਇਹਨੂੰ ਫਿਰ ਫੜਫੜਾਈ ਹੋਈ ਸੀ, ਅਤੇ ਪਹਿਲਾਂ ਅਕਾਲੀ ਸੀਗੇ, ਫਿਰ ਮਤਲਬ ਕਾਂਗਰਸ ਆ ਗਈ ਅਤੇ ਹੁਣ ਆਮ ਆਦਮੀ ਪਾਰਟੀ ਹੈ। 3 ਪਾਰਟੀਆਂ ਤੋਂ ਕਿਤੇ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਨਾ ਹੋ ਸਕਦੀਆਂ, ਕੋਈ ਨਾ ਕੋਈ ਗੱਲ ਹੋਏਗੀ। ਨਵਜੋਤ ਸਿੰਘ ਸਿੱਧੂ ਵੀ ਸਾਲ 6 ਮਹੀਨੇ ਮੈਨੂੰ ਲੱਗਦਾ ਲਾ ਕੇ ਆਏ, ਉਹਨਾਂ ਦਾ ਵੀ ਕੇਸ ਬਹੁਤ ਪੁਰਾਣਾ ਸੀ। ਉਹਨਾਂ ਦਾ 1 ਸਾਲ ਮਤਲਬ ਉਹ ਸਾਲ ਲਾ ਕੇ ਆਏ, ਉਹਨਾਂ ਦਾ ਕੇਸ ਉਹ ਕਾਫੀ ਪੁਰਾਣਾ ਸੀਗਾ, 20-25 ਸਾਲ ਪੁਰਾਣਾ ਸੀ। ਇਹ ਤਾਂ ਅਨਫੋਰਚੁਨੇਟ ਗੱਲਾਂ ਹੈਗੀਆਂ, ਹੋਰ ਤੁਸੀਂ ਹੋਰ ਵੀ ਕਈ ਕੇਸ ਮੈਂ ਗਿਣਾ ਸਕਦਾ ਜਿਹੜੇ ਕੋਈ ਉਹਨਾਂ ਦੀ ਬੜੀ ਚਰਚਾ ਹੁੰਦੀ ਹੈ, ਮੁੜ ਕੇ ਉਹਦਾ ਕੋਈ ਨਾਂ ਨਿਸ਼ਾਨ ਨਹੀਂ ਹੈਗਾ। ਹਾਂਜੀ, ਸਮੇਤ ਹੁਸੈਨੀ ਦੀਆਂ ਕਈ ਕੇਸ, ਕਈ ਚਿਰ ਦੀਆਂ ਗੱਲਾਂ ਹੋ ਰਹੀਆਂ, ਅਤੇ ਬਾਕੀ ਆ ਬਲੈਂਕਿਟ ਜ਼ਮਾਨਤ ਦੇ ਦਿੱਤੀ, ਕਹਿੰਦੇ ਵੀ ਇਹਨੂੰ ਹੁਣ ਤੁਸੀਂ ਹੱਥ ਹੀ ਨਹੀਂ ਲਾ ਸਕਦੇ। ਨਹੀਂ, ਇਹ ਤਾਂ ਚਲੋ ਬਲੈਂਕਿਟ ਜ਼ਮਾਨਤਾਂ ਇੱਕ ਅੱਧੇ ਕੇਸ ਦੇ ਵਿੱਚ ਹੁੰਦੀਆਂ, ਉਹ ਤਾਂ ਜੇ ਕੋਈ ਕੇਸ ਲਿਆਵੇ, ਜੇ ਕਿਸੇ ਦਾ ਮਤਲਬ ਜਿਹੜੀਆਂ ਪ੍ਰੋਸੀਕਿਊਸ਼ਨ ਏਜੰਸੀ ਹੁੰਦੀਆਂ ਨਾ, ਕੇਸ ਬਣਾਇਆ ਹੋਵੇ ਅਤੇ ਕੇਸ ਨਿਕਲ ਆਉਂਦੇ ਆ। ਹੁਣ ਜਿਹੜੇ ਹਾਈ ਪ੍ਰੋਫਾਈਲ ਦੇ ਕੇਸ ਆ, ਫਰਜ਼ ਕਰੋ ਇੰਦਰਾ ਗਾਂਧੀ ਦਾ ਕੇਸ ਹੋਇਆ, 6 ਮਹੀਨਿਆਂ ਦੇ ਵਿੱਚ ਸਜ਼ਾ ਹੋ ਗਈ ਸੀ ਕਿ ਨਹੀਂ ਹੋ ਗਈ ਸੀ? ਜੇ ਚਾਹੁਣ ਤਾਂ ਸਰਕਾਰਾਂ ਕਰ ਸਕਦੀਆਂ, ਜੁਡੀਸ਼ਰੀ ਵੀ ਕਰ ਸਕਦੀ ਹੈ, ਲੇਕਿਨ ਉੱਥੇ ਸਿਸਟਮ ਹੀ ਇਹੋ ਜਿਹਾ ਹੋ ਗਿਆ ਆ, ਇਹ 20-20 ਸਾਲ ਇਸ ਤਰ੍ਹਾਂ ਦੇ ਕੇਸ ਚੱਲਦੇ ਰਹਿੰਦੇ ਆ। ਬਾਕੀ ਆਮ ਆਦਮੀ ਪਾਰਟੀ ਨੂੰ ਜੇ ਕੋਈ, ਹੁਣ ਮੈਂ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਤਾਂ ਨਹੀਂ, ਲੇਕਿਨ ਉਹਨੂੰ ਥੋੜ੍ਹਾ ਜਿਹਾ ਜੇ ਕੋਈ ਆਪਣੇ ਭਗਵੰਤ ਮਾਨ ਨੂੰ ਹੁਣ ਸਮਝਾਉਣ ਦੀ ਕੋਈ ਕੋਸ਼ਿਸ਼ ਕਰੇ ਤਾਂ ਉਹਨੂੰ ਥੋੜ੍ਹਾ ਜਿਹਾ ਇਹ ਸਮਝਾਉਣਾ ਚਾਹੀਦਾ ਵੀ ਭਾਈ ਬੋਲ ਥੋੜ੍ਹਾ ਜਿਹਾ ਘੱਟ ਅਤੇ ਕੰਮ ਥੋੜ੍ਹਾ ਪੰਜਾਬ ਲਈ ਕਰ ਜੇ ਹੋ ਸਕਦਾ, ਅਤੇ ਖਾਸ ਕਰਕੇ ਇਹ ਜਿਹੜਾ ਨਸ਼ਿਆਂ ਦਾ ਮੁੱਦਾ ਹੈਗਾ, ਇਹਦੇ 'ਤੇ ਸਖ਼ਤੀ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਇਹਨੂੰ ਠੀਕ ਲਈ ਤਾਂ ਲਿਆਉਣਾ ਚਾਹੀਦਾ। ਠੀਕ ਹੈ। ਇੱਕ ਸਵਾਲ ਜਿਹੜਾ ਮੇਰਾ ਹੋਰ ਵੀ ਮੇਰੇ ਆ ਰਿਹਾ ਕਿ ਰਾਜਾ ਵੜਿੰਗ ਪ੍ਰਧਾਨ ਬਣ ਗਏ ਹੁਣ, ਹੈ ਨਾ, ਪੰਜਾਬ ਦੇ, ਅਤੇ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ? ਅਤੇ ਦੂਜਾ ਮੇਰਾ ਸਵਾਲ ਹੈ, ਜੇ ਕਹੋ ਮੈਂ ਬਾਅਦ 'ਚ ਪੁੱਛ ਲੈਣਾ, ਨਵਜੋਤ ਸਿੰਘ ਸਿੱਧੂ ਨੂੰ ਕਿੱਦਾਂ ਦੇਖਦੇ ਹੋ? ਨਵਜੋਤ, ਦੇਖੋ ਉਹ ਜਿਹੜੇ ਮੈਂ ਕਈ ਵਾਰੀ ਇਹ ਗੱਲ ਡਿਸਕਸ ਕਰ ਚੁੱਕਾਂ, ਜਿਹੜੇ ਬਹੁਤੇ ਬੋਲਣ ਵਾਲੇ ਹੁੰਦੇ ਨਾ ਪੋਲੀਟਿਕਸ ਦੇ ਵਿੱਚ, ਉਹ ਕਦੇ ਕਾਮਯਾਬ ਨਹੀਂ ਹੁੰਦੇ। ਇਹ 3-4 ਬੰਦੇ ਹੈਗੇ ਆ, ਇਹ ਨਵਜੋਤ, ਖਹਿਰਾ ਸਾਹਿਬ ਜੀ, ਉਹ ਸਿਮਰਨਜੀਤ ਸਿੰਘ ਬੈਂਸ, ਇਹ 3 ਬੰਦੇ ਆ, 3 ਜੇਲ੍ਹ 'ਚ ਜਾਏ ਆ, 3 ਜ਼ਮਾਨਤਾਂ 'ਤੇ ਆ, ਅਤੇ ਚੌਥਾ ਹੁਣ ਭਗਵੰਤ ਮਾਨ ਨਾਲ ਸ਼ੁਰੂ ਹੋਇਆ ਆ। ਇਹ ਵੀ ਤਾਂ ਕਿਹਾ ਜਾਂਦਾ ਨਾ ਵੀ ਜਿਹੜਾ ਸੱਚ ਬੋਲਦਾ ਕਹਿੰਦੇ ਉਹਨੂੰ ਜੇਲ੍ਹਾਂ ਹੋ ਜਾਂਦੀਆਂ। ਨਹੀਂ, ਇਹ ਸੱਚ ਬੋਲਣ ਵਾਲੀਆਂ ਗੱਲਾਂ ਨਹੀਂ, ਬਹੁਤਾ ਬੋਲਣਾ ਕੋਈ ਸੱਚ ਬੋਲਣਾ ਨਹੀਂ ਹੁੰਦਾ, ਜਿਹੜੀ ਸੱਚੀ ਗੱਲ ਹੁੰਦੀ ਆ
ਸੱਚੀ ਗੱਲ ਤਾਂ ਬਹੁਤ ਦੋ ਚਾਰ ਸ਼ਬਦਾਂ ਦੇ ਵਿੱਚ ਹੀ ਪੂਰੀ ਹੋ ਜਾਂਦੀ ਹੈ। ਜਿਹੜਾ ਝੂਠ ਰੌਲਾ ਪਾਉਣ ਵਾਲੇ ਹੁੰਦੇ ਨਾ, ਉਹ ਜ਼ਰੂਰੀ ਨਹੀਂ ਹੁੰਦਾ ਵੀ ਸੱਚ ਹੀ ਹੁੰਦਾ ਸਭ ਕੁਛ। ਸੱਚੀ ਤਾਂ ਗੱਲ ਦੋ ਮਿੰਟਾਂ 'ਚ ਮੁੱਕ ਜਾਂਦੀ ਹੈ, ਜਦੋਂ ਝੂਠ ਬੋਲਣਾ ਹੋਵੇ ਤਾਂ 10 ਸੈਂਟੈਂਸ ਬਣਾਉਣੇ ਪੈਂਦੇ ਆ, ਜੇ ਸੱਚ ਬੋਲਣਾ ਹੋਵੇ ਤਾਂ 2 ਸੈਂਟੈਂਸਾਂ 'ਚ ਮੁੱਕ ਜਾਂਦਾ। ਅਤੇ ਪੋਲੀਟਿਕਸ ਦੇ ਵਿੱਚ ਜਿਹੜਾ ਬਹੁਤਾ ਬੋਲੀ ਜਾਣਾ, ਹੁਣ ਆਪਾਂ ਕੁਛ ਭਗਵੰਤ ਮਾਨ ਨੇ ਫਰਜ਼ ਕਰੋ ਪਿੱਛੇ ਆ ਘੋੜਿਆਂ ਦਾ ਰੌਲਾ ਪਾ ਕੇ ਬਹਿ ਗਿਆ ਮਜੀਠੀਆ ਪਰਿਵਾਰ ਦਾ, 60-70 ਸਾਲ ਦੀ ਗੱਲ ਆ, ਤੂੰ ਇਹਨਾਂ ਗੱਲਾਂ ਦੇ ਵਿੱਚ ਕੀ ਲੈਣਾ? ਉਹ ਹੁਣ ਉਹ 20 ਗੱਲਾਂ ਹੋਰ ਕੱਢਣਗੇ। ਅਤੇ ਇਹ ਪਹਿਲਾਂ ਵੀ ਮੈਂ ਕਹਿ ਚੁੱਕਾ ਹੈਗਾ, ਭਗਵੰਤ ਮਾਨ ਜਿਹੜਾ ਚੀਫ ਮਿਨਿਸਟਰ ਦਾ ਬਣ ਗਿਆ, ਲੇਕਿਨ ਅਨਪੜ੍ਹ ਆਦਮੀ ਆ, ਕੋਈ ਇਹਦਾ ਇੰਨਾ ਜ਼ਿਆਦਾ ਐਕਸਪੀਰੀਅੰਸ ਨਹੀਂ ਹੈਗਾ। ਜਿਹਨੂੰ ਬਣਾ ਦਿੱਤਾ ਅਤੇ ਇਹਦੇ ਜਿਹੜੇ ਐਡਵਾਈਜ਼ਰ ਆ, IAS ਆਫਿਸਰ ਜਾਂ ਹੋਰ ਵੀ ਆ ਕੋਈ, ਉਹਨਾਂ ਦੀ ਸਲਾਹ ਲੈ ਕੇ ਇਹਨੂੰ ਚੱਲਣਾ ਚਾਹੀਦਾ। ਅਤੇ ਹੋਰ ਆਮ ਆਦਮੀ ਪਾਰਟੀ ਦੇ ਵਿੱਚ ਹੋਰ ਪੜ੍ਹੇ ਲਿਖੇ ਬੰਦੇ ਵੀ ਹੈਗੇ ਆ, ਉਹਨਾਂ ਨੂੰ ਵੀ ਆਪਣੇ ਮੂਹਰੇ ਲਿਆਉਣਾ ਚਾਹੀਦਾ। ਫਰਜ਼ ਕਰੋ ਕੰਵਰ ਵਿਜੇ ਪ੍ਰਤਾਪ ਸੀਗਾ, ਉਹਨੂੰ ਇਹ ਨਹੀਂ ਪਿੱਛੇ ਸਿੱਟਿਆ, ਲੋਕ ਚਾਹੁੰਦੇ ਸੀਗੇ ਕਿ ਉਹਨੂੰ ਸ਼ਾਇਦ ਹੋਮ ਮਿਨਿਸਟਰੀ ਵਗੈਰਾ ਦਿੱਤੀ ਜਾਵੇ। ਜੀ 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 ਮੈਂ ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਹੈਗਾ, ਪਰ ਅਸੀਂ ਇੱਥੇ ਬੈਠੇ ਸੀ ਪੰਜਾਬ ਦਾ ਭਲਾ ਚਾਹੁੰਦੇ ਹੈਗੇ ਹਾਂ, ਕਾਂਗਰਸ ਪਾਰਟੀ ਨੇ ਕੁਛ ਨਹੀਂ ਕੀਤਾ। ਬੇਸ਼ੱਕ ਮੈਂ ਕਾਂਗਰਸ ਪਾਰਟੀ ਦੇ ਨਾਲ ਸੰਬੰਧ, ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਆਪਣੀ ਟਰਮ ਸੀ, ਉਹ ਬੜਾ ਵਧੀਆ ਕੰਮ ਕੀਤਾ ਸੀ, ਐਤਕੀ ਅਤੇ ਉੱਥੇ ਬਸ ਆਰਾਮ ਦੇ ਨਾਲ ਬੈਠੇ ਰਹੇ, ਉਹ ਨਹੀਂ ਮਤਲਬ ਚੰਗਾ ਮਾੜਾ ਕੀਤਾ ਹੀ ਕੁਛ ਨਹੀਂ, ਉੱਥੇ ਨਿਕਲੇ ਹੀ ਨਹੀਂ ਹੈਗੇ। ਇਸੇ ਕਰਕੇ ਕਾਂਗਰਸ ਸਾਰੀ ਆ। ਹੁਣ ਜਿਹੜੀ ਕਾਂਗਰਸ ਪਾਰਟੀ ਦੀ ਪ੍ਰੋਬਲਮ ਇਹ ਹੋਈ ਹੈ ਕਿ ਲੀਡਰਸ਼ਿਪ ਦੀ ਕਮੀ ਆ। ਅੱਛਾ ਜੀ, ਮਤਲਬ ਰਾਜਾ ਪੜਿੰਗ ਨੂੰ ਤੁਸੀਂ ਲੀਡਰ ਨਹੀਂ ਮੰਨਦੇ ਕਿ ਵਧੀਆ ਲੀਡਰ ਨੇ? ਦੇਖੋ ਨਹੀਂ, ਮੈਂ ਲੀਡਰ ਸਾਰੇ ਵਧੀਆ ਹੁੰਦੇ ਆ, ਪਰ ਜਿਹੜੇ ਉਹਨਾਂ ਦੇ ਕਿਸੇ ਕਿਸੇ ਬੰਦੇ ਦੇ ਕੋਲ ਕ੍ਰਿਸ਼ਮਾ ਹੁੰਦਾ। ਈਵਨ ਆਪਾਂ ਸਭਿਆ ਮੁਲਕਾਂ ਦੇ ਵਿੱਚ ਇੱਥੇ ਬੈਠੇ ਹਾਂ, ਜਿੰਨਾ ਚਿਰ ਲੇਬਰ ਪਾਰਟੀ ਨੂੰ ਜਾਂ ਕੰਜ਼ਰਵੇਟਿਵ ਪਾਰਟੀ ਨੂੰ ਚੰਗਾ ਲੀਡਰ ਨਹੀਂ ਲੱਭਦਾ, ਉਹਦੇ ਮਗਰ ਨਹੀਂ ਬਾਕੀ ਬੰਦੇ ਲੱਭਦੇ, ਉਹਨਾਂ ਚਿਰ ਕਾਮਯਾਬ ਪਾਰਟੀ ਕਾਮਯਾਬ ਨਹੀਂ ਹੁੰਦੀ। ਅਤੇ ਆਪਣੀ ਤਾਂ ਪੋਲੀਟਿਕਸ ਉੱਥੇ ਬਹੁਤ ਪਿੱਛੇ, ਇਸ ਕਰਕੇ ਜਿਹੜਾ ਲੀਡਰ ਦੀ ਜਿਹੜੀ ਇਮੇਜ ਹੈ ਨਾ, ਉਹ ਜਿਹਦੇ ਪਿੱਛੇ ਮਗਰ ਲੋਕ ਲੱਗਣ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸੀਗੀ, ਮੈਂ ਵੀ ਬੜਾ ਉਹਨਾਂ ਦਾ ਖੈਰ ਖੋਆ ਸੀ, ਉਹਨਾਂ ਦਾ ਫੈਨ ਸੀ, ਲੇਕਿਨ ਉਹਨਾਂ ਨੇ ਕੀਤਾ ਹੀ ਕੁਛ ਨਹੀਂ ਅਨਫੋਰਚੁਨੇਟਲੀ। ਅਤੇ ਹੁਣ ਇਹ ਬਾਜਵਾ ਸਾਹਿਬ ਹੈਗੇ ਅਤੇ ਰਾਜਾ ਵੜਿੰਗ ਦੋ ਜਣੇ ਹੈਗੇ ਆ, ਅਤੇ ਇਹਨਾਂ ਦੋਹਾਂ ਦੇ ਵਿੱਚੋਂ ਇੱਕ ਹੀ ਬੰਦਾ ਇੱਕ ਮੋਹਰੇ ਚੌਧਰੀ ਹੋਣਾ ਚਾਹੀਦਾ, ਫਿਰ ਥੋੜ੍ਹੀ ਕਾਮਯਾਬੀ ਹੋ ਸਕਦੀ ਆ। ਅਤੇ ਜਿਹੜਾ ਆਪਣੇ ਹੈਗੇ ਆ ਸਿੱਧੂ ਸਾਹਿਬ, ਅਸੀਂ ਉਹਦੀ ਵੀ ਕਈ ਵਾਰੀ ਸਪੋਰਟ ਪਹਿਲਾਂ ਕਰਦੇ ਸੀ, ਲੇਕਿਨ ਉਹ ਦਿਨੋਂ ਦਿਨ ਉਹਦਾ ਜਿਹੜਾ ਗ੍ਰਾਫ ਆ ਥੱਲੇ ਹੋਈ ਜਾਂਦਾ, ਮੇਰਾ ਖਿਆਲ ਉਹ ਕੋਈ ਉਹਦੇ ਨਾਲ ਉਹਨੂੰ ਮੂਹਰੇ ਲਿਆ ਕੇ ਕੋਈ ਕਾਮਯਾਬੀ ਨਹੀਂ ਹੋਏਗੀ। ਅਖੀਰਲਾ ਸਵਾਲ ਮੇਰਾ ਸੈਂਟਰ ਨੂੰ ਲੈ ਕੇ ਆ, ਤੁਹਾਡਾ ਰਾਹੁਲ ਗਾਂਧੀ ਹੋਰਾਂ ਦੀ ਤੁਸੀਂ ਕਿਹਾ ਵੀ ਉੱਥੇ ਵੀ ਬਦਲਣ ਦੀ ਤਬਦੀਲੀਆਂ ਦੀ ਲੋੜ ਹੈਗੀ ਹੈ, ਸੋ ਮੈਂ ਤਾਂ ਇਹ ਦੇਖਦਾ ਵੀ ਹੁਣ ਜੇ ਕਾਂਗਰਸ ਪਾਰਟੀ ਸੈਂਟਰ ਦੇ ਵਿੱਚ ਦੇਖੀਏ ਤਾਂ ਇੱਕ ਕੱਦਵਾਰ ਲੀਡਰ ਉੱਥੇ ਵੀ ਨਹੀਂ ਹੈਗਾ। ਆਪਾਂ ਇਹ ਵੀ ਦੇਖਦੇ ਹਾਂ ਕਿ ਜਿਹੜੇ ਇੱਕ ਮੈਂ ਹੋਰ ਚੀਜ਼ ਨਾਲੋਂ ਨਾਲ ਮੈਂ ਨੋਟ ਕਰਦਾ ਹੁੰਦਾ ਕਿ ਰਾਹੁਲ ਗਾਂਧੀ ਨੂੰ ਨਾ ਵਰਲਡ ਵਾਈਡ ਆਪਾਂ ਇਹ ਕਹਿ ਲਈਏ ਵੀ ਇੱਕ ਤਰੀਕਾ ਬਣਾ ਕੇ ਸੋਸ਼ਲ ਮੀਡੀਆ 'ਤੇ ਪਲੈਨ ਬਣਾ ਕੇ ਉਹਨੂੰ ਇੱਕ ਹਾਸੋਹੀਣਾ ਜਿਹਾ ਬਣਾ ਦਿੱਤਾ ਗਿਆ ਹੈ ਨਾ। ਇਹ ਚੀਜ਼ਾਂ ਬਹੁਤ ਚੱਲਦੀਆਂ, ਮਤਲਬ ਤੁਹਾਨੂੰ ਪਤਾ ਹੀ ਹੋਣਾ ਹੈ ਸਾਰਾ ਵੀ ਜਿਹਨੂੰ ਬਦਨਾਮ ਕਰਨਾ ਹੋਵੇ, ਪਰ ਫਿਰ ਵੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਕੀ ਲੱਗਦਾ ਤੁਹਾਨੂੰ ਵੀ ਸੈਂਟਰ ਦੇ ਵਿੱਚ ਸਾਰਾ ਕੁਝ ਸਹੀ ਹੈ, ਤਬਦੀਲੀਆਂ ਕਿਹੜੀਆਂ ਆਉਣ, ਕਿਹੜੇ ਲੀਡਰ ਜਿਹੜੇ ਨੇ ਉਹ ਅੱਗੇ ਆਉਣ ਜਾਂ ਫਿਰ ਰਾਹੁਲ ਗਾਂਧੀ ਸਹੀ ਹੈ? ਮੈਂ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਆਪਣੇ ਵੱਲੋਂ ਸੈਂਟਰ ਲੀਡਰਸ਼ਿਪ ਨੂੰ ਲਿਖ ਚੁੱਕਾ ਕਿ ਜਿਹਨਾਂ 'ਚ ਤੁਸੀਂ ਆਪਣੀ ਲੀਡਰਸ਼ਿਪ ਚੇਂਜ ਨਹੀਂ ਕਰਦੇ ਉਹਨਾਂ 'ਚ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਰਾਹੁਲ ਗਾਂਧੀ ਨਹੀਂ ਚਾਹੀਦੇ? ਬਿਲਕੁਲ ਨਹੀਂ। ਅਜੇ ਤੁਸੀਂ ਬੜਾ ਵਧੀਆ ਕੁਐਸਚਨ ਪੁੱਛਿਆ ਰਾਹੁਲ ਗਾਂਧੀ ਬਾਰੇ, ਕਿਉਂਕਿ 2 ਦਿਨ ਪਹਿਲਾਂ ਹੀ ਕਿਤਾਬ ਆਈ ਹੈਗੀ ਹੈ ਆਪਣੇ ਜਿਹੜੇ ਮੁਖਰਜੀ ਸੀਗੇ, ਪਹਿਲਾਂ ਆਪਣੇ ਫਾਈਨੈਂਸ ਮਿਨਿਸਟਰ ਵੀ ਰਹੇ ਆ, ਫਿਰ ਹੁਣ ਰਾਸ਼ਟਰਪਤੀ ਵੀ ਰਹੇ ਆ, ਉਹਨਾਂ ਦੀ ਲੜਕੀ ਨੇ ਇੱਕ ਕਿਤਾਬ ਲਿਖੀ ਆ, ਉਹਦੇ ਬਾਰੇ ਖਾਸ ਕਰਕੇ ਰਾਹੁਲ ਗਾਂਧੀ ਦਾ ਉਹਨੇ ਜ਼ਿਕਰ ਕੀਤਾ ਵੀ ਇਹਦਾ ਪੋਲੀਟਿਕਸ ਇਹਦੇ ਬੱਸ ਦਾ ਰੋਗ ਨਹੀਂ ਹੈਗਾ। ਅਤੇ ਇੱਕ ਇਹਨੇ ਆਰਡੀਨੈਂਸ ਪਾੜਿਆ ਸੀ, ਸ਼ਾਇਦ ਤੁਹਾਨੂੰ ਯਾਦ ਹੋਏਗਾ, ਮਨਮੋਹਨ ਸਿੰਘ ਦੇ ਟਾਈਮ ਨਾਲ ਆਰਡੀਨੈਂਸ ਪਾੜਿਆ ਸੀ, ਤਾਂ ਉਹਨੇ ਲਿਖਿਆ ਵੀ ਜਿਹੜਾ ਆਰਡੀਨੈਂਸ ਇਹਨੇ ਪਾੜਿਆ ਸੀ ਉਹ ਕਾਂਗਰਸ ਦੀ ਮਤਲਬ ਲਾਸਟ
ਕਿਲ ਸੀਗਾ ਕੋਫਨ ਦੇ ਵਿੱਚ, ਅਤੇ ਇਹਦੇ ਬਾਰੇ ਉਹਨੇ ਇਹ ਸੀ ਲਿਖਿਆ ਵੀ ਪੋਲੀਟਿਕਸ ਦਾ ਇਹਦੇ ਬਾਰੇ ਕੋਈ ਆਪਣਾ ਇਹਦੇ ਪਾਸੇ ਰੋਕ ਨਹੀਂ ਹੈਗਾ। ਭਾਵੇਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪੋਲੀਟਿਕਸ ਵਿੱਚ ਇਸ ਤਰ੍ਹਾਂ ਹੁੰਦੀ ਹੈ, ਇਹ ਨਹੀਂ ਹੁੰਦਾ ਕੋਈ ਬੰਦਾ ਬਹੁਤ ਇੰਟੈਲੀਜੈਂਟ ਹੋਵੇ ਜਾਂ ਕੁਦਰਤ, ਕੁਦਰਤੀ ਕਈ ਵਾਰ ਕ੍ਰਿਸਮਾ ਬਣ ਜਾਂਦਾ। ਇੱਥੇ ਤੁਸੀਂ ਬਹੁਤ ਬੰਦਿਆਂ ਦੀ ਇਸ ਮੁਲਕ ਦੇ ਵਿੱਚ ਐਗਜ਼ਾਮਪਲ ਤੁਸੀਂ ਦੇ ਸਕਦੇ ਆ। ਟੋਨੀ ਬਲੇਅਰ ਸੀ, ਜਿੰਨਾ ਚਿਰ ਟੋਨੀ ਬਲੇਅਰ ਨਹੀਂ ਆਇਆ ਉਹਨਾਂ ਚਿਰ ਲੇਬਰ ਗੌਰਮੈਂਟ ਕਾਮਯਾਬ ਨਹੀਂ ਹੋਈ, ਕਿਉਂਕਿ ਮਾਰਗਰੇਟ ਥੈਚਰ ਜਿਹੜੀ ਆ 4-5 ਸਾਲ ਰਹੀ, ਉਹਦਾ ਇਮੇਜ ਸੀਗਾ, ਉਹਦਾ ਇਮੇਜ ਟੁੱਟਦਾ ਨਹੀਂ ਸੀ, ਲੇਬਰ ਵਾਲੇ ਜ਼ੋਰ ਲਾ ਚੁੱਕੇ। ਮੁੜ ਕੇ ਫਿਰ ਦੇਖ ਲਓ ਕਿ ਡੇਵਿਡ ਕੈਮਰਨ ਆਇਆ, ਮੁੜ ਕੇ ਉਹ 4-5 ਸਾਲ ਉਹ ਆਪਣੇ ਟੋਨੀ ਬਲੇਅਰ ਰਿਹਾ, 5-6 ਸਾਲ ਤੋਂ 4 ਟਰਮਾਂ ਤੋਂ ਮਗਰੋਂ ਜਾ ਕੇ ਅਤੇ ਡੇਵਿਡ ਕੈਮਰਨ ਆਇਆ ਸੀਗਾ। ਇੱਕ ਜਿਹੜਾ ਆਪਣਾ ਇਮੇਜ ਹੈ ਨਾ, ਉਹ ਬਹੁਤ ਜ਼ਰੂਰੀ ਹੋਣਾ ਚਾਹੀਦਾ। ਇਮੇਜ ਬਣਦਾ ਇੰਟੈਲੀਜੈਂਸ ਦੇ ਨਾਲ, ਪਰ ਕਈ ਵਾਰ ਕੁਦਰਤੀ ਹੁੰਦਾ ਕਿ ਬੰਦੇ ਦਾ ਜਿਹੜਾ ਪ੍ਰਭਾਵ ਬਣ ਜਾਂਦਾ, ਉਹਦੇ ਮਗਰ ਲੋਕ ਲੱਗ ਜਾਂਦੇ ਆ। ਅਤੇ ਇਹਨਾਂ ਨੂੰ ਕਾਂਗਰਸ ਪਾਰਟੀ ਨੂੰ ਹੁਣ ਸ਼ਸ਼ੀ ਥਰੂਰ ਆ ਰਿਹਾ ਸੀਗਾ, ਲੇਕਿਨ ਇਹਨਾਂ ਨੇ ਉਹ ਦੂਜੇ ਖੜਗੇ ਨੂੰ ਬਣਾ ਤਾ, ਵੀਰ ਮਾਈਕਲ ਨੀਲ 90 ਹੈਗਾ, ਤੋ ਇਹ ਚਾਹੁੰਦੇ ਸੀਗੇ ਕਿ ਗਾਂਧੀ ਪਾਰਟੀ ਅਸੀਂ ਜੋ ਕਰਦੇ ਹਾਂ ਇਹ ਕਰੀ ਜਾਣ, ਇਹ ਮਤਲਬ ਇਹ ਅਸੀਂ ਮਰਜ਼ੀ ਆਪਣੀ ਮਰਜ਼ੀ, ਇਹਦੇ ਨਾਲ ਇਹ ਪਾਰਟੀ ਜਿਹੜੀ ਥੱਲੇ ਜਾ ਰਹੀ ਹੈ। ਅੱਛਾ, ਮੈਨੂੰ ਇੱਕ ਸਵਾਲ ਹੋਰ ਚੇਤੇ ਆ ਗਿਆ, ਇਸ ਤੋਂ ਬਾਅਦ ਆਪਾਂ ਸਮਾਪਤੀ ਕਰ ਦੇਣੀ ਹੈ। 2024 ਦੀਆਂ ਚੋਣਾਂ ਆ ਰਹੀਆਂ, ਹੁਣ ਨਵੀਂ ਦੇਸ਼ ਦੀ ਰਾਜਨੀਤੀ ਲੋਕਾਂ ਨੇ ਚੁਣਨੀ ਹੈ ਵੀ ਕਿਹੜਾ ਲੀਡ ਕਰੂਗਾ, ਅਤੇ ਇਹ ਕਿਹਾ ਜਾ ਰਿਹਾ ਵੀ ਹੁਣ ਬੀਜੇਪੀ ਨੇ ਇਸ ਤਰੀਕੇ ਨਾਲ ਆਪਣੀਆਂ ਜੜ੍ਹਾਂ ਜਿਹੜੀਆਂ ਪੂਰੇ ਦੇਸ਼ ਦੇ ਵਿੱਚ ਫੈਲਾ ਲਈਆਂ ਕਿ ਹੁਣ ਚਾਹੇ ਉਹਨਾਂ ਨੂੰ ਚਾਹ ਕੇ ਕੋਈ ਵੋਟਾਂ ਰਾਹੀਂ ਵੀ ਨਹੀਂ ਹਰਾ ਸਕਦਾ, ਅਤੇ ਕਈ ਤਾਂ ਇਹ ਵੀ ਕਹਿੰਦੇ ਨੇ ਕਿ ਭਾਈ ਆਉਂਦੇ ਸਮੇਂ ਦੇ ਵਿੱਚ ਜੇ ਇਸ ਵਾਰ ਨਰਿੰਦਰ ਮੋਦੀ ਬਣ ਜਾਂਦਾ, ਉਸ ਤੋਂ ਬਾਅਦ ਵੋਟਾਂ ਵਾਲਾ ਕੰਮ ਹੀ ਬੰਦ ਹੋ ਜਾਣਾ, ਭਾਰਤ ਦੇ ਵਿੱਚ ਵੋਟਾਂ ਹੀ ਨਹੀਂ ਪਿਆ ਕਰਨੀਆਂ। ਸੋ ਕਿਵੇਂ ਦੇਖਦੇ ਹੋ, ਵਾਕਈ ਤੁਹਾਨੂੰ ਲੱਗਦਾ ਵੀ ਬੀਜੇਪੀ ਨੇ ਵਿਰੋਧੀ ਧਿਰ ਹੀ ਖਤਮ ਕਰ ਛੱਡੇ, ਛਾਂਗ ਹੀ ਦਿੱਤੇ ਅੱਜ ਕਾਂਗਰਸ ਪਾਰਟੀ ਲੱਭਿਆ ਨਹੀਂ ਲੱਭਦੀ, ਜਾਂ ਫਿਰ ਕਹੀਏ ਕੇਜਰੀਵਾਲ ਨੂੰ ਈਡੀ ਦੀਆਂ ਧਮਕੀਆਂ ਆਈ ਜਾਂਦੀਆਂ ਵਗੈਰਾ ਵਗੈਰਾ ਜੋ ਹੋਈ ਜਾਂਦਾ। ਸੋ ਇਹਨਾਂ ਨੇ ਆਉਂਦੇ ਸਮੇਂ ਦੇ ਵਿੱਚ ਵਿਰੋਧੀ ਧਿਰ ਖਤਮ ਹੀ ਕਰ ਦੇਣਾ? ਨਹੀਂ, ਇਸ ਗੱਲ ਦੇ ਨਾਲ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ। ਆਪਣੇ ਡੈਮੋਕ੍ਰੇਸੀ ਦੀਆਂ ਜੜ੍ਹਾਂ ਜਿਹੜੀਆਂ ਇੰਡੀਆ ਦੇ ਵਿੱਚ ਕਾਫੀ ਡੂੰਘੀਆਂ ਹੈਗੀਆਂ, ਅਤੇ ਜੇ ਤੁਸੀਂ ਪਿਛਲਾ ਇਤਿਹਾਸ ਦੇਖੋ ਤਾਂ ਕਾਂਗਰਸ ਪਾਰਟੀ ਨੇ 50-60 ਸਾਲ ਰਾਜ ਕੀਤਾ, ਇਹਨਾਂ ਤਾਂ ਅਜੇ 10 ਸਾਲ ਹੀ ਹੋਏ ਆ। ਕਾਂਗਰਸ ਪਾਰਟੀ ਨੇ 50-60 ਸਾਲ ਰਾਜ ਕੀਤਾ, ਓਪੋਜੀਸ਼ਨ ਪਾਰਟੀ ਮੋਹਰੇ ਕੋਈ ਵੀ ਹੈ ਨਹੀਂ ਸੀ। ਬੀਜੇਪੀ ਦੀਆਂ ਇੱਕ ਟਾਈਮ ਸਿਰਫ ਦੋ ਸੀਟਾਂ ਹੁੰਦੀਆਂ ਸੀਗੀਆਂ। ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਕਾਂਗਰਸ ਪਾਰਟੀ ਨੂੰ ਆਪਣਾ ਲੀਡਰਸ਼ਿਪ ਚੇਂਜ ਕਰਨੀ ਚਾਹੀਦੀ ਹੈ, ਕਾਂਗਰਸ ਪਾਰਟੀ ਮੁੜ ਕੇ ਆਏਗੀ ਫਿਰ ਆ ਸਕਦੀ। ਔਰ ਇਸੇ ਤਰ੍ਹਾਂ ਜਿਹੜਾ ਹੁਣ ਇਹਨਾਂ ਨੇ ਆਪਣਾ 2024 ਦੇ ਵਿੱਚ, ਤੁਸੀਂ ਗਰੰਟੀ ਨਹੀਂ ਕਰ ਸਕਦੇ ਹੈਗੇ ਕਿ ਆਪਣਾ ਜਿਹੜਾ ਉਹ ਮੋਦੀ ਹੁਣੀ ਆ ਜ਼ਰੂਰੀ ਜਿੱਤ ਜਾਣਗੇ, ਕਿਉਂਕਿ ਅਸੈਂਬਲੀ ਦੀਆਂ ਇਲੈਕਸ਼ਨਾਂ ਦੇ ਵਿੱਚ ਅਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦੇ ਵਿੱਚ ਬੜੀ ਅਨਪ੍ਰਡਿਕਟੇਬਲ ਗੱਲ ਆ, ਲੋਕ ਬੜੇ ਅਨਪ੍ਰਡਿਕਟੇਬਲ ਹੋਏ ਆ। ਇਹ ਬੜਾ ਔਖਾ ਕਹਿਣਾ ਹੋਇਆ ਵੀ ਕਿਹੜੀ ਪਾਰਟੀ ਕਿਹੜੀ ਜਿੱਤੂਗੀ, ਕਿਉਂਕਿ ਲੋਕ ਆਪਣਾ ਮਨ ਹੁਣ ਦੱਸਦੇ ਨਹੀਂ ਹੈਗੇ। ਜਿਸ ਤਰ੍ਹਾਂ ਹੁਣ ਫਰਜ਼ ਕਰੋ ਤੁਸੀਂ ਦਿੱਲੀ ਦੇ ਵਿੱਚ ਹੀ ਲੈ ਲਓ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਅਸੈਂਬਲੀ ਦੀ ਹੈਗੀ ਆ, ਲੇਕਿਨ MP ਜਿਹੜੇ ਉਹ ਸਾਰੇ BJP ਦੇ ਹੈਗੇ ਆ। ਇਹ ਹੁਣ 2-3 ਸਟੇਟਾਂ ਨਹੀਂ ਜਿੱਤੀਆਂ ਹੈਗੀਆਂ ਆਪਣੇ BJP ਪਾਰਟੀ ਨੇ, ਲੇਕਿਨ ਜ਼ਰੂਰੀ ਨਹੀਂ ਹੈ ਕਿ ਜਿਹੜਾ ਹੈਗਾ ਹੈ ਕਿ ਇਹ ਪਾਰਲੀਮੈਂਟ ਦੀਆਂ ਵੀ BJP ਜਿੱਤ ਜਾਣਗੇ। ਦੂਸਰਾ ਇਹ ਤੁਹਾਨੂੰ ਪਤਾ ਹੋਣਾ ਕੋਈ ਅਲਾਇੰਸ ਹੀ ਨਹੀਂ ਬਣਾਇਆ ਹੈਗਾ, ਇੰਡੀਆ ਅਲਾਇੰਸ ਹੈ ਅਤੇ 25-26 ਪਾਰਟੀਆਂ, ਅਤੇ ਉਹ ਸ਼ਾਇਦ ਇਲੈਕਸ਼ਨ ਤਾਂ ਹੋ ਸਕਦਾ ਇਹ ਚੱਲਦਾ ਰਹੇ, ਹੋ ਸਕਦਾ ਕਿ ਉਹ ਆਪਣੇ ਰਲ ਮਿਲ ਕੇ BJP ਨੂੰ ਹਰਾ ਜਾਣ, ਅਤੇ ਕੋਈ ਜ਼ਰੂਰੀ ਨਹੀਂ ਹੈਗਾ ਕਿ BJP ਪੱਕਾ ਜਿੱਤੀ ਜਾਏ। ਲੇਕਿਨ ਜੇ BJP ਜਿੱਤ ਜਾਏ ਤਾਂ ਐਸੀ ਕੋਈ ਗੱਲ ਨਹੀਂ ਕਿ ਵੀ ਜਿਹੜੀ ਇਲੈਕਸ਼ਨ ਖਤਮ ਕਰ ਦੇਣੀਆਂ, ਇਸ ਗੱਲ ਨਹੀਂ, ਐਸੀ ਗੱਲ ਮੇਰਾ ਖਿਆਲ ਨਹੀਂ ਹੋ ਸਕਦੀ। ਥੈਂਕ ਯੂ। ਠੀਕ ਹੈ, ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ, ਬੜੇ ਖੂਬਸੂਰਤ ਵਿਚਾਰ ਤੁਸੀਂ ਅੱਜ ਸਾਡੇ ਦਰਸ਼ਕਾਂ ਦਿੱਤੇ, ਬਹੁਤ ਧੰਨਵਾਦ। ਥੈਂਕ ਯੂ ਫੋਰ ਗਿਵਿੰਗ ਮੀ ਦਾ ਟਾਈਮ, ਥੈਂਕ ਯੂ ਵੈਰੀ ਮੱਚ। ਥੈਂਕ ਯੂ ਜੀ, ਥੈਂਕ ਯੂ। ਸੋ ਦਰਸ਼ਕੋ, ਆਸ ਕਰਦੇ ਅੱਜ ਦੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਆਉਂਦੇ ਰਹਾਂਗੇ। ਦੇਖਦੇ ਰਹੋ ਪ੍ਰਾਈਡ ਪੰਜਾਬ TV, ਚੜ੍ਹਦੀ ਕਲਾ 'ਚ ਰਹੋ। ਸਤਿ ਸ਼੍ਰੀ ਅਕਾਲ।